ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਤੇ ਮੈਂ ਨਿਸ਼ਾਨ ਸਿੰਘ ਫਿਰੋਜ਼ਪੁਰ ਤੋਂ ਦਰਸ਼ਕੋ ਸੰਤ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਨਵੇਂ ਦਰਸ਼ਕਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਦਰਸ਼ਕੋ ਜੋ ਸੰਤ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੀ ਇਹ ਵੀਡੀਓ ਤੁਸੀਂ ਵੇਖ ਰਹੇ ਹੋ ਇਸ ਵਿੱਚ ਦੁਨੀਆਂ ਨੂੰ ਇੱਕ ਬਹੁਤ ਵੱਡਾ ਮੈਸੇਜ ਆ ਰਿਹਾ ਹੈ ਦਰਸ਼ਕਾਂ ਨੂੰ ਬੇਨਤੀ ਹੈ ਕਿ ਇਸ ਚਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੋ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਮੌਜੂਦਾ ਸਿਸਟਮ ਨੂੰ ਲੈ ਕੇ ਬਹੁਤ ਵੱਡਾ ਬਿਆਨ ਆਇਆ ਸਾਹਮਣੇ ਆਓ ਉਹਨਾਂ ਦੀ ਵੀਡੀਓ ਨੂੰ ਸੁਣਨਾ ਕਰੀਏ ਜੇ ਕਹਿੰਦਾ ਕਿਸਮਤ ਲਿਖਣ ਵਾਲਾ ਰੱਬ ਹੈ ਕਰਮ ਪਰਮਾਤਮਾ ਲਿਖਦਾ ਫਿਰ ਮੇਰਾ ਸਵਾਲ ਹੈ ਇਹੋ ਜਿਹੇ ਰੱਬ ਨੂੰ ਪੁੱਛੀਏ ਬਾਂਹ ਫੜ ਕੇ ਦੱਸ ਹੋਏ ਰੱਬਾ ਸਾਹਿਬਜ਼ਾਦਿਆਂ ਦੀ ਉਮਰ 7 ਤੇ 9 ਤੂੰ ਕਿਉਂ ਲਿਖੀ ਵਜੀਦਾ ਕਸੂਰਵਾਰ ਹੈ ਕਿ ਰੱਬ ਬੋਲੋ ਠੋਕ ਕੇ ਵਜੀਦਾ ਮੇਰੇ ਵਰਗੇ ਇਦਾਂ ਦੇ ਅਰਥ ਘੜਦੇ ਆ ਸਰਕਾਰਾਂ ਨੂੰ ਸਿਸਟਮ ਨੂੰ ਬਚਾਉਣ ਲਈ ਪਰਮਾਤਮਾ ਕਰਦਾ ਜੀ ਰੱਬ ਕਰਦਾ ਇਹ ਸ਼ਬਦ ਪਤਾ ਕਿੱਥੋਂ ਨਿਕਲਿਆ ਜਦੋਂ ਸਰਕਾਰਾਂ ਬਚਾਉਣੀਆਂ ਹੋਣ ਉਦੋਂ ਕਹਿੰਦੇ ਨੇ ਸਿਸਟਮ ਤੇ ਸਵਾਲ ਨਾ ਉੱਠੇ ਇਸ ਕਰਕੇ ਰੱਬ ਦੀ ਜ਼ਿੰਮੇਵਾਰੀ ਲਾ ਦਿਓ ਰੱਬ ਕਰਦਾ ਉਹ ਕਰਦਾ ਹੁਣ ਉਹਨੂੰ ਕਿਹੜਾ ਪੁੱਛੇ ਕਿਹੜਾ ਲੱਭੇ ਜਾ ਕੇ ਜੇ ਕੋਈ ਰੱਬ ਇਦਾਂ ਦਾ ਹੈ ਜਿਹੜਾ 7 ਤੇ 9 ਸਾਲ ਦੀ ਉਮਰ ਵਿੱਚ ਕਿਸਮਤ ਉਮਰ ਇੰਨੀ ਲਿਖਦਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਕਿਸਮਤ 'ਚ ਕੰਡੇ ਲਿਖਦਾ ਹੈ ਜਿਹੜਾ ਗੁਰੂ ਅਰਜਨ ਦੇਵ ਜੀ ਦੀ ਕਿਸਮਤ ਵਿੱਚ ਤਵੀ 'ਤੇ ਬਹਿਣਾ ਲਿਖਦਾ ਹੈ ਉਸ ਰੱਬ ਤੋਂ ਅਸੀਂ ਬਾਗੀ ਹਾਂ ਨਾਸਤਕ ਹਾਂ ਇੱਕ ਵਾਰੀ ਕਹਾ ਲਓ 100 ਵਾਰੀ ਕਹਾ ਲਓ ਅਸੀਂ ਰੱਬ ਨੂੰ ਨਹੀਂ ਮੰਨਦੇ ਮੈਂ ਇਹ ਮੰਨਦਾ ਆਪਾਂ ਸਾਰੇ ਰੱਬ ਦਾ ਰੂਪ ਹਾਂ ਅਤੇ ਆਪਾਂ ਸਾਰੇ ਆਪਣੀ ਕਿਸਮਤ ਆਪ ਲਿਖਾਂਗੇ ਜੇ ਕਹਿੰਦਾ ਕਿਸਮਤ ਲਿਖਣ ਵਾਲਾ ਰੱਬ ਹੈ ਕਰਮ ਪਰਮਾਤਮਾ ਲਿਖਦਾ ਫਿਰ ਮੇਰਾ ਸਵਾਲ ਹੈ ਇਹੋ ਜਿਹੇ ਰੱਬ ਨੂੰ ਪੁੱਛੀਏ ਬਾਂਹ ਫੜ ਕੇ ਦੱਸ ਹੋਏ ਰੱਬਾ ਸਾਹਿਬਜ਼ਾਦਿਆਂ ਦੀ ਉਮਰ 7 ਤੇ 9 ਤੂੰ ਕਿਉਂ ਲਿਖੀ ਵਜੀਦਾ ਕਸੂਰਵਾਰ ਹੈ ਕਿ ਰੱਬ ਬੋਲੋ ਠੋਕ ਕੇ ਵਜੀਦਾ ਮੇਰੇ ਵਰਗੇ ਇਦਾਂ ਦੇ ਅਰਥ ਘੜਦੇ ਆ ਸਰਕਾਰਾਂ ਨੂੰ ਸਿਸਟਮ ਨੂੰ ਬਚਾਉਣ ਲਈ ਪਰਮਾਤਮਾ ਕਰਦਾ ਜੀ ਰੱਬ ਕਰਦਾ ਇਹ ਸ਼ਬਦ ਪਤਾ ਕਿੱਥੋਂ ਨਿਕਲਿਆ ਜਦੋਂ ਸਰਕਾਰਾਂ ਬਚਾਉਣੀਆਂ ਹੋਣ ਉਦੋਂ ਕਹਿੰਦੇ ਨੇ ਸਿਸਟਮ ਤੇ ਸਵਾਲ ਨਾ ਉੱਠੇ ਇਸ ਕਰਕੇ ਰੱਬ ਦੀ ਜ਼ਿੰਮੇਵਾਰੀ ਲਾ ਦਿਓ ਰੱਬ ਕਰਦਾ ਉਹ ਕਰਦਾ ਹੁਣ ਉਹਨੂੰ ਕਿਹੜਾ ਪੁੱਛੇ ਕਿਹੜਾ ਲੱਭੇ ਜਾ ਕੇ ਜੇ ਕੋਈ ਰੱਬ ਇਦਾਂ ਦਾ ਹੈ ਜਿਹੜਾ 7 ਤੇ 9 ਸਾਲ ਦੀ ਉਮਰ ਵਿੱਚ ਕਿਸਮਤ 'ਚ ਉਮਰ ਇੰਨੀ ਲਿਖਦਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਕਿਸਮਤ 'ਚ ਕੰਡੇ ਲਿਖਦਾ ਹੈ ਜਿਹੜਾ ਗੁਰੂ ਅਰਜਨ ਦੇਵ ਜੀ ਦੀ ਕਿਸਮਤ ਵਿੱਚ ਤਵੀ 'ਤੇ ਬਹਿਣਾ ਲਿਖਦਾ ਹੈ ਉਸ ਰੱਬ ਤੋਂ ਅਸੀਂ ਬਾਗੀ ਹਾਂ ਨਾਸਤਕ ਹਾਂ ਇੱਕ ਵਾਰੀ ਕਹਾ ਲਓ 100 ਵਾਰੀ ਕਹਾ ਲਓ ਅਸੀਂ ਰੱਬ ਨੂੰ ਨਹੀਂ ਮੰਨਦੇ ਮੈਂ ਇਹ ਮੰਨਦਾ ਆਪਾਂ ਸਾਰੇ ਰੱਬ ਦਾ ਰੂਪ ਹਾਂ ਅਤੇ ਆਪਾਂ ਸਾਰੇ ਆਪਣੀ ਕਿਸਮਤ ਆਪ ਲਿਖਾਂਗੇ